इस हफ्ते दे विच विच तीजा मोटरसाइकिल चोरी करन आए है ते लोकां दा नुकसान करदे। पिछों कल टुल्लू पंप चोरी करके लै गए, मतलब रोज दूजे के दिन फड़ी दा पुलिस नूं कराई दा, पुलिस वाले फिर छड्ड दिंदे इन्हां नूं। ते हुण फिर आ देख लो आ हाल है, फिर चक्कर आया होया। धर्मकोट कहिंदा मैं वेचदा वां कोई रज्जी दा ढाबा वा, किथे कहिंदा है बिल्ले दा ढाबा। ਚੋਰੀ ਕਰਦੇ ਫੜੇ ਤੇ ਉਹਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ। ਮੋਗਾ ਦੇ ਵਿੱਚ ਇੱਕ ਵਾਰ ਫੇਰ ਤੋਂ ਮੋਟਰਸਾਈਕਲ ਚੋਰੀ ਕਰਨ ਆਇਆ ਚੋਰ ਪਬਲਿਕ ਦੇ ਅੜਿੱਕੇ ਚੜਿਆ। ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਰਿਆਮ ਹੁੰਦੀਆਂ ਜਾ ਰਹੀਆਂ ਨੇ ਤੇ ਪਬਲਿਕ ਵੀ ਤੰਗ ਆ ਚੁੱਕੀ ਹੈ। ਤੇ ਜਦੋਂ ਮੋਟਰਸਾਈਕਲ ਨੂੰ ਨਕਲੀ ਚਾਬੀ ਲਗਾਉਣ ਲੱਗਦਾ ਚੋਰ, ਤਾਂ ਕਿਸ ਤਰੀਕੇ ਦੇ ਨਾਲ ਉਸਨੂੰ ਗਾਰਡ ਮੌਕੇ ਤੇ ਕੈਪਚਰ ਕਰ ਲੈਂਦਾ ਤੇ ਪਬਲਿਕ ਦੇ ਵੱਲੋਂ ਖੂਬ ਜਿਹੜੀ ਹੈ ਮਾਰ ਕੁੱਟ ਕਹਿ ਲਈਏ ਜਾਂ ਫਿਰ ਧਲਾਈ ਕੀਤੀ ਜਾਂਦੀ ਹੈ ਚੋਰਾਂ ਦੀ। ਗਗਨਦੀਪ ਜੀ ਕੀ ਇਹ ਮਾਮਲਾ ਕੀ ਹੈ ਜਿਹੜਾ ਮੋਟਰਸਾਈਕਲ ਰੋਜ਼ ਇੱਥੋਂ ਚੋਰੀਆਂ ਕਰਕੇ ਲੈ ਕੇ ਜਾਂਦੇ ਆ? ਇਸ ਹਫਤੇ ਦੇ ਵਿੱਚ ਵੀ ਤੇ ਤੀਜਾ ਮੋਟਰਸਾਈਕਲ ਚੋਰੀ ਕਰਨ ਆਏ ਆ, ਸਾਰਾ ਮੋਟਰਸਾਈਕਲ ਭੰਨਤਾ ਵਾ, ਦੂਸਰੇ ਨੰਬਰ ਤੇ ਲੋਕਾਂ ਦਾ ਨੁਕਸਾਨ ਕਰਦੇ। ਪਿੱਛੋਂ ਕੱਲ ਟੁੱਲੂ ਪੰਪ ਚੋਰੀ ਕਰਕੇ ਲੈ ਗਏ, ਮੈਂ ਤੁਹਾਨੂੰ ਉਹ ਵੀ ਵੀਡੀਓ ਦਿਖਾਉਣਾ, ਨਾਲ ਚੱਲੋ ਮੇਰੇ, ਸਾਰੇ ਦਾ ਸਾਰਾ ਪੰਪ ਵੱਟ ਕੇ ਲੈ ਗਏ ਆ। ਰੋਜ਼ ਦੂਜੇ ਕੁ ਦਿਨ ਫੜੀ ਦਾ ਪੁਲਿਸ ਨੂੰ ਕਰਾਈ ਦਾ, ਪੁਲਿਸ ਵਾਲੇ ਫਿਰ ਛੱਡ ਦਿੰਦੇ ਇਹਨਾਂ ਨੂੰ। ਇਹ 3 ਦਿਨ ਪਹਿਲਾਂ ਇਹੀ ਚੋਰ ਫੜਿਆ ਗਿਆ ਇਹੀ ਕਚਹਿਰੀਆਂ ਦੇ ਵਿੱਚ, ਮੈਂ ਖੁਦ ਦੇਖਿਆ ਇਹਨੂੰ, ਤੇ ਫੜਿਆ ਗਿਆ ਪੁਲਿਸ ਵਾਲਿਆਂ ਨੂੰ ਫੜਾਇਆ, ਉਹਨਾਂ ਨੇ ਫਿਰ ਛੱਡਤਾ ਇਹਨੂੰ ਤੀਜੇ ਦਿਨ। ਤੇ ਹੁਣ ਫਿਰ ਆਹ ਦੇਖ ਲਓ ਆਹ ਹਾਲ ਹੈ, ਫਿਰ ਚੱਕਣ ਆਇਆ ਹੋਇਆ। ਧਰਮਕੋਟ ਕਹਿੰਦਾ ਮੈਂ ਵੇਚਦਾ ਵਾਂ ਕੋਈ ਰੱਜੀ ਦਾ ਢਾਬਾ ਵਾ, ਕਿੱਥੇ ਕਹਿੰਦਾ ਹੈ ਬਿੱਲੇ ਦਾ ਢਾਬਾ, ਜਲੰਧਰ ਰੋਡ ਤੇ ਉੱਥੇ ਵੇਚਦਾ ਕਹਿੰਦਾ ਜਾ ਕੇ। ਹੁਣ ਜਾਂਦੇ ਆ ਸਾਰੇ ਜਾਣੇ ਰਲ ਕੇ, ਪੁਲਿਸ ਨੂੰ ਕਰਾਉਣ ਦਾ ਫਾਇਦਾ ਨਹੀਂ ਮੇਰਾ ਵੀਰ, ਆਪ ਇਕੱਠੇ ਹੋ ਕੇ ਕੋਈ ਕਰੀਏ ਇਹਦਾ ਹੱਲ। ਹੁਣੇ ਅੱਧਾ ਪੌਣਾ ਘੰਟਾ ਪਹਿਲਾਂ ਮੁੰਡਾ ਸੀਗਾ ਆਪਣੇ, ਸਾਡੇ ਗਾਰਡ ਸਾਹਿਬ ਸੀਗੇ, ਗਾਰਡ ਸਾਹਿਬ ਨੇ ਚਾਬੀਆਂ ਲਾ ਰਿਹਾ ਸੀ ਉਹ ਆਪਣੇ ਬਾਈਕ ਦੇ ਉੱਪਰ, ਅਤੇ ਗਾਰਡ ਸਾਹਿਬ ਨੇ ਉਹਨੂੰ ਰੰਗੇ ਹੱਥੀਂ ਫੜਿਆ, ਚਾਬੀਆਂ ਲਗਾਉਂਦੇ ਯਾਨੀ ਚੋਰੀ ਕਰਦੇ ਫੜਿਆ, ਅਤੇ ਉਹਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਵੀ ਮੈਂ ਹੀ ਚਾਬੀਆਂ ਲਗਾ ਰਿਹਾ ਸੀ। ਉਹ ਬੰਦਾ ਕਰਦਾ ਨਸ਼ੇ, ਗੋਲੀਆਂ ਵੀ ਉਹਦੀ ਜੇਬ 'ਚੋਂ ਨਿਕਲੀਆਂ, ਅਤੇ ਮੇਰਾ ਵੀ 21 ਤਰੀਕ ਨੂੰ ਜਿਹੜਾ ਹੈਗਾ ਬਾਈਕ ਕਚਹਿਰੀਆਂ, ਜਿਹੜਾ ਛੋਟਾ ਗੇਟ ਹੈ ਜਿਹੜੀ ਇੰਪਰੂਵਮੈਂਟ ਉਸਦੀ ਟਰੱਕ ਯੂਨੀਅਨ ਵਾਲੇ ਪਾਸੇ, ਮੇਰਾ ਉੱਥੇ ਬਾਈਕ ਖੜ੍ਹਾ ਸੀਗਾ, 21 ਤਰੀਕ ਨੂੰ ਮੇਰਾ ਬਾਈਕ ਉੱਥੋਂ ਚੋਰੀ ਹੋ ਗਿਆ। ਕਿੱਥੋਂ ਦਾ ਸੀ ਮੁੰਡਾ, ਇਹ ਕੀ ਕਹਿ ਰਿਹਾ ਸੀਗਾ? ਇਹ ਧਰਮਕੋਟ ਵਾਲੇ ਪਾਸੇ ਕਹਿ ਰਿਹਾ ਸੀ, ਧਰਮਕੋਟ ਦਾ ਮੈਂ ਹੈਗਾ। ਇਹ ਕੁਛ ਮੰਨਿਆ ਵੀ ਹੈ ਵੀ ਕਿਸੇ ਕੋਲ ਲੇਡੀਜ਼ ਕੋਲ ਢਾਬੇ ਵਾਲੀ ਲੇਡੀ ਦਾ ਨਾਮ ਲੈ ਰਹੇ ਜੀ। ਮੋਗਾ ਤੋਂ ਸਰਬਜੀਤ ਰੌਲੀ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।